ਬੜੇ ਮਿਹਨਤੀ ਹੈ, ਉਹਨਾਂ ਨੂੰ ਗੱਲਾਂ 'ਚ ਲਾ ਲਿਆ ਅਤੇ ਪੰਜਾਬ ਦੇ ਉੱਤੇ ਕਬਜ਼ਾ ਕਰਕੇ ਲੁੱਟਣ ਲੱਗ ਗਏ। ਆਹ ਤਾਂ ਜਿਵੇਂ ਅੰਗਰੇਜ਼ ਅਤੇ ਮੁਗਲ ਆਏ ਸੀ ਉਵੇਂ ਲੁੱਟ ਰਹੇ ਆ। ਜੇ ਹਿੰਮਤ ਹੈ ਭਗਵੰਤ ਮਾਨ ਦੀ, ਜਿਹੜੇ ਆਪਣੇ ਆਪ ਨੂੰ ਆਮ ਆਦਮੀ ਕਹਿੰਦਾ ਸੀ, ਇਸ ਚੌਂਕ 'ਤੇ ਆ ਕੇ ਇਹਨਾਂ ਨੂੰ ਮਜ਼ਦੂਰਾਂ ਨੂੰ ਆ ਕੇ ਮਿਲੇ, ਉਹਨੂੰ ਮਿਲਣਾ ਚਾਹੀਦਾ। ਉਹਨੂੰ ਨਾਂ ਰੱਖ ਲਿਆ ਆਮ ਆਦਮੀ ਪਾਰਟੀ, ਪਰ ਹੈ ਠੱਗਾਂ ਦੀ ਪਾਰਟੀ ਸਾਰੇ। ਸੁਖਬੀਰ ਸਿੰਘ ਬਾਦਲ ਤਰਨ ਤਾਰਨ ਦੇ ਵਿੱਚ ਸਨ, ਪੰਜਾਬ ਬਚਾਓ ਯਾਤਰਾ ਕੱਢ ਰਹੇ ਸੀ ਅਤੇ ਸੁਖਬੀਰ ਸਿੰਘ ਬਾਦਲ ਨੇ ਦਾਅਵਾ ਕੀਤਾ ਕਿ ਉਹਨਾਂ ਨੂੰ ਕੁਝ ਮਜ਼ਦੂਰ ਮਿਲੇ ਜਿਨ੍ਹਾਂ ਨੇ ਮੁਸ਼ਕਿਲਾਂ ਕਈ ਗਿਣਵਾਈਆਂ ਅਤੇ ਫਿਰ ਸੁਖਬੀਰ ਸਿੰਘ ਬਾਦਲ ਮਾਨ ਸਰਕਾਰ ਅਤੇ ਵਰੇ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਹਿ ਦਿੱਤਾ ਕਿ ਆਓ ਇਸ ਚੌਕ ਦੇ ਵਿੱਚ। ਗੱਲ ਹੈ ਕਿ ਝਾੜੂ ਵਾਲਿਆਂ ਨੇ ਬੜਾ ਝੂਠ ਬੋਲ ਕੇ ਲੋਕਾਂ ਦੀਆਂ ਭਾਵਨਾ ਦੇ ਪੰਜਾਬੀਆਂ ਦੇ ਭਾਵਨਾ ਨਾਲ ਖੇਡੇ। ਉਹਨਾਂ ਨੂੰ ਪਤਾ ਸੀ ਕਿ ਵਿਚਾਰੇ ਪੰਜਾਬੀ ਬੜੇ ਮਿਹਨਤੀ ਹੈ, ਉਹਨਾਂ ਨੂੰ ਗੱਲਾਂ 'ਚ ਲਾ ਲਿਆ ਅਤੇ ਪੰਜਾਬ ਦੇ ਉੱਤੇ ਕਬਜ਼ਾ ਕਰਕੇ ਲੁੱਟਣ ਲੱਗ ਗਏ। ਆਹ ਤਾਂ ਜਿਵੇਂ ਅੰਗਰੇਜ਼ ਅਤੇ ਮੁਗਲ ਆਏ ਸੀ ਉਵੇਂ ਲੁੱਟ ਰਹੇ ਆ। ਕਿ ਭਗਵੰਤ ਮਾਨ ਪਿਛਲੇ 2 ਸਾਲਾਂ ਦਾ ਕਿਸੇ ਗਲੀ 'ਚ ਨਹੀਂ ਗਿਆ, ਕਿਸੇ ਘਰ 'ਚ। ਜੇ ਹਿੰਮਤ ਹੈ ਭਗਵੰਤ ਮਾਨ ਦੀ, ਜਿਹੜੇ ਆਪਣੇ ਆਪ ਨੂੰ ਆਮ ਆਦਮੀ ਕਹਿੰਦਾ ਸੀ, ਇਸ ਚੌਂਕ 'ਤੇ ਆ ਕੇ ਇਹਨਾਂ ਨੂੰ ਮਜ਼ਦੂਰਾਂ ਨੂੰ ਆ ਕੇ ਮਿਲੇ, ਉਹਨੂੰ ਮਿਲਣਾ ਚਾਹੀਦਾ। ਉਹਨੂੰ ਜਿਹੜਾ ਹੁਣ ਹੁਣ ਜਦੋਂ ਜਾਂਦਾ ਹੈ, ਹੁਣ ਤਾਂ ਘਰੋਂ ਨਿਕਲਦਾ 1000 ਬੰਦਾ ਪੁਲਿਸ ਦਾ ਨਾਂ ਲੈ ਕੇ ਜਾਂਦਾ ਹੈ, ਕਿਉਂ ਡਰ ਹੈ ਉਹਨੂੰ? ਜੇ ਅਸੀਂ ਖੜ੍ਹੇ ਹਾਂ ਕਿਉਂ ਡਰ ਹੈ? ਨਾਂ ਰੱਖ ਲਿਆ ਆਮ ਆਦਮੀ ਪਾਰਟੀ, ਪਰ ਹੈ ਠੱਗਾਂ ਦੀ ਪਾਰਟੀ ਸਾਰੇ। ਇੱਕ ਆ ਜਿੰਨੀ ਜਗ੍ਹਾ 'ਤੇ ਆਪਣੀ ਸ਼ਕਲ ਆਪਣੇ ਕੰਨਾਂ 'ਤੇ ਲਾਈ ਹੈ, ਲੋਕ ਇਹਦੇ 'ਤੇ ਝਾੜੂ ਫੇਰਨਗੇ। ਮੈਂ ਤੁਹਾਨੂੰ ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਸੀ, ਇਹ ਤਰਨ ਤਾਰਨ ਦੇ ਰਤਨ ਚੌਕ ਦੀਆਂ ਨੇ, ਜਿੱਥੇ ਮਜ਼ਦੂਰ ਖੜ੍ਹੇ ਹੋਏ ਸਨ, ਸੁਖਬੀਰ ਸਿੰਘ ਬਾਦਲ ਨੂੰ ਆਪਣੀਆਂ ਮੁਸ਼ਕਿਲਾਂ ਸੁਣਾ ਰਹੇ ਸਨ। ਤੁਹਾਨੂੰ ਦੱਸਦਿਆਂ ਕਿ ਆਖਿਰ ਕਿਹੜੀਆਂ ਮੁਸ਼ਕਿਲਾਂ ਦੱਸੀਆਂ ਨੇ ਸੁਖਬੀਰ ਬਾਦਲ ਨੂੰ ਮਜ਼ਦੂਰਾਂ ਨੇ। ਹਰ ਰੋਜ਼ ਇਸ ਚੌਂਕ 'ਤੇ ਆ ਮਜ਼ਦੂਰ ਖੜ੍ਹਦੇ ਆ, ਆਪਣੇ ਕੋਈ ਇੱਥੇ ਆਪਾਂ ਲੋਕਾਂ ਨੂੰ ਕੋਈ ਮਜ਼ਦੂਰੀ ਦੇ ਪਾਸੇ ਲੋੜ ਹੋਏ, ਆ ਕਹਿ ਰਹੇ ਸੀਗੇ 20 ਰੁਪਏ ਆਟੋ ਕਰਕੇ ਜਾਂ ਕੁਛ ਕਰਕੇ ਮਸਾਂ ਇੱਥੇ ਪਹੁੰਚਦੇ ਆ। ਇਹਨਾਂ ਦੀਆਂ ਜਿੰਨੀਆਂ ਸਹੂਲਤਾਂ ਬਾਦਲ ਸਾਹਿਬ ਨੇ ਦਿੱਤੀਆਂ ਸਾਰੀਆਂ ਬੰਦ, ਆਟਾ ਦਾਲ, ਸ਼ਗਨ, ਪੈਨਸ਼ਨ, ਮਤਲਬ ਬਿਜਲੀ ਦੇ ਬਿੱਲ ਵੀ ਆਉਂਦੇ ਹੋਣੇ ਤੁਹਾਡੇ 5000 ਰੁਪਇਆ ਦੇ। ਚਲੋ ਹੁਣ ਆਪਾਂ ਇਕੱਠੇ ਹੋ ਗਏ ਕਰਦੇ ਹਾਂ। ਦਰਅਸਲ ਸੁਖਬੀਰ ਸਿੰਘ ਬਾਦਲ ਪੰਜਾਬ ਬਚਾਓ ਮੁਹਿੰਮ ਤੇ ਲੱਗੇ ਹੋਏ ਨੇ, ਯਾਤਰਾ ਕੱਢ ਰਹੇ ਨੇ, ਪਿੰਡੋ ਪਿੰਡ ਜਾ ਰਹੇ ਨੇ, ਲੋਕਾਂ ਦੀਆਂ ਮੁਸ਼ਕਿਲਾਂ ਵੀ ਜਾਣ ਰਹੇ ਨੇ। ਮਾਨ ਸਰਕਾਰ ਤੇ ਖੂਬ ਵਰ ਰਹੇ ਨੇ ਤੇ ਉਧਰ ਆਮ ਆਦਮੀ ਪਾਰਟੀ ਤੰਜ ਕੱਸ ਰਹੀ ਹੈ ਕਿ ਪੰਜਾਬ ਬਚਾਉਣ ਦੀ ਲੋੜ ਨਹੀਂ ਹੈ, ਅਕਾਲੀ ਦਲ ਬਚਾਉਣ ਦੀ ਲੋੜ ਹੈ। ਪਰ ਹੁਣ ਸੁਖਬੀਰ ਸਿੰਘ ਬਾਦਲ ਨੇ ਚੌਕ ਦੇ ਵਿੱਚ ਖੜ੍ਹੇ ਹੋ ਕੇ ਮੁੱਖ ਮੰਤਰੀ ਨੂੰ ਕਹਿ ਦਿੱਤਾ ਹੈ ਕਿ ਜੇ ਉਹ ਆਮ ਆਦਮੀ ਨੇ ਤਾਂ ਫਿਰ ਮਜ਼ਦੂਰਾਂ ਨੂੰ ਮਿਲਦੇ ਕਿਉਂ ਨਹੀਂ।